जॉनी की जिद सी कि जिस दिन मेरा विआह होना है भाजी मैं घर बाद चो जाना है, पहला मैं एनजीओ च लैके आना अपनी वाइफ नू। लो जी साडा भरा टीम मैंबर जॉनी भरा, इहदी लाइफ स्टोरी दा अज मैं शेयर नहीं करनी, अगे पिछे बड़ी बारी करदा, मैं बस अज इन्ना ही कहना चाहना कि साडे भरा दा अज जिंदगी च नवा मोड़ एक शुरू होया, कुछ सीखना उहनां तों। ਇਹ ਸਾਡਾ ਟੀਮ ਮੈਂਬਰ ਜਿੰਨਾ ਵੀ ਸਾਡਾ ਸਭ ਤੋਂ ਮਿਹਨਤੀ ਟੀਮ ਮੈਂਬਰ ਇਹ ਹੈ, ਕਰਾਓ ਬਾਈ ਜੀ ਮੂੰਹ ਮਿੱਠਾ ਇਹਨਾਂ ਦਾ, ਤੁਸੀਂ ਗੁੜਤੀ ਨਾ ਕਰਾਓ ਕਿ ਹੱਸਦੇ ਵੱਸਦੇ ਰਹਿਣ। ਲਓ ਜੀ ਤੁਸੀਂ ਵੀ ਮੁਬਾਰਕਬਾਦ ਦਿਓ ਜੀ ਕਿ ਜੌਨੀ ਦੀ ਜਿਹੜੀ ਜਿੱਦ ਸੀ ਅੱਜ ਵਾਲੀ ਕਿ ਭਾਈ ਸਾਹਿਬ ਅੱਜ ਮੈਂ ਵਿਆਹ ਕਰਾ ਕੇ ਘਰ ਨਹੀਂ ਗਿਆ, ਮੁੰਡਾ ਸਵੇਰ ਦਾ ਵਿਆਹ ਹੋਇਆ ਹੋਇਆ, ਦੁਪਹਿਰੇ ਵਿਹਲੇ ਹੋ ਗਏ ਇਸ ਫੰਕਸ਼ਨ ਤੋਂ, ਅਤੇ 6:30 ਵਜੇ ਦਾ ਆ ਕੇ ਵੀਰ ਆਪਣੀ ਵਾਈਫ ਨੂੰ ਲੈ ਕੇ ਇੱਥੇ ਬੈਠੇ ਨੇ, ਅਤੇ ਮੈਂ ਬੜਾ ਖੁਸ਼ ਹਾਂ ਅੱਜ ਕਿ ਬਾਈ ਨੇ ਇੱਕ ਤਰ੍ਹਾਂ ਦਾ ਇਸ ਜਗ੍ਹਾ ਨੂੰ ਇੰਨਾ ਪਵਿੱਤਰ ਸਮਝਿਆ ਕਿ ਮੈਂ ਘਰ ਬਾਅਦ 'ਚੋਂ ਜਾਊਂਗਾ, ਪਹਿਲਾਂ ਮੈਂ ਇੱਥੇ ਆਊਂਗਾ। ਅਤੇ ਜੌਨੀ ਭਰਾ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੀ ਪੂਰੀ ਟੀਮ ਵੱਲੋਂ, ਤੁਸੀਂ ਵੀ ਦੁਆਵਾਂ ਦਿਓ ਵੀਰ ਨੂੰ ਕਿ ਇਹ ਪਰਮਾਤਮਾ ਇਹਨੂੰ ਤੰਦਰੁਸਤੀ ਭਰੀ ਜ਼ਿੰਦਗੀ ਦੇਵੇ। ਜੌਨੀ ਦੀ ਜਿੱਦ ਸੀ ਕਿ ਜਿਸ ਦਿਨ ਮੇਰਾ ਵਿਆਹ ਹੋਣਾ ਹੈ ਭਾਜੀ ਮੈਂ ਘਰ ਬਾਅਦ 'ਚੋਂ ਜਾਣਾ, ਪਹਿਲਾਂ ਮੈਂ ਐਨਜੀਓ 'ਚ ਲੈ ਕੇ ਆਉਣਾ ਆਪਣੀ ਵਾਈਫ ਨੂੰ। ਲਓ ਜੀ ਸਾਡਾ ਭਰਾ ਟੀਮ ਮੈਂਬਰ ਜੌਨੀ ਭਰਾ, ਇਹਦੀ ਲਾਈਫ ਸਟੋਰੀ ਦਾ ਅੱਜ ਮੈਂ ਸ਼ੇਅਰ ਨਹੀਂ ਕਰਨੀ, ਅੱਗੇ ਪਿੱਛੇ ਬੜੀ ਵਾਰੀ ਕਰਦਾ, ਮੈਂ ਬਸ ਅੱਜ ਇੰਨਾ ਹੀ ਕਹਿਣਾ ਚਾਹੁੰਦਾ ਕਿ ਸਾਡੇ ਭਰਾ ਦਾ ਅੱਜ ਜ਼ਿੰਦਗੀ 'ਚ ਨਵਾਂ ਮੋੜ ਇੱਕ ਸ਼ੁਰੂ ਹੋਇਆ, ਕੁਛ ਸਿੱਖਣਾ ਉਹਨਾਂ ਤੋਂ। ਮੂੰਹ ਮਿੱਠਾ ਕਰਾਓ, ਸਪੂਨ ਦਿਓ ਅੰਦਰੋਂ, ਤੁਸੀਂ ਦੋਨੋਂ ਪਲੀਜ਼ ਕਪਲ 2 ਸਾਲ ਕੱਟੇ, ਤੁਸੀਂ ਇਹਨਾਂ ਨੂੰ ਕੋਈ ਦਿਓ ਸਲਾਹ ਨੂੰ। ਨਹੀਂ ਉਦਾਂ 4 ਸਾਲ ਕੱਟੇ ਆ। 4 ਸਾਲ ਕੱਟੇ ਹੋ, 4 ਸਾਲ ਤੋਂ ਰਿਲੇਸ਼ਨ 'ਚ, 2 ਸਾਲ ਵਿਆਹ ਨੂੰ। ਵਿਆਹ ਜਦੋਂ ਰਿਲੇਸ਼ਨ 'ਚ ਸੀਗੇ ਉਦੋਂ ਸਟਰਗਲ ਮੋਡ ਚੱਲ ਰਿਹਾ ਸੀ ਤੁਹਾਡਾ, ਔਖਾ ਟਾਈਮ ਸੀ ਬਹੁਤ ਜ਼ਿਆਦਾ, ਪਰ ਫਿਰ ਵੀ ਆਪਸ 'ਚ ਵੀ ਸਟਰਗਲ ਹੀ ਸੀਗਾ। ਅੱਛਾ ਤੁਸੀਂ ਵੀ ਸਟਰਗਲ ਬੜਾ ਲੜਦੇ ਸੀਗੇ ਉਦੋਂ? ਅੱਛਾ ਉਹ ਵੀ ਸਟਰਗਲ ਸੀ, ਹੁਣ ਤਾਂ ਲੜਦੇ? ਨਹੀਂ ਨਹੀਂ। ਚਲੋ ਲੜਨਾ ਤਾਂ ਕੈਮਰੇ ਮੂਹਰੇ ਖੜੀ ਦੱਸਣਾ, ਇਹਨਾਂ ਨੂੰ ਕੋਈ ਸਲਾਹ ਦੇਣਾ ਚਾਹੁੰਦੇ ਹੋ? ਇਹ ਸਾਡਾ ਟੀਮ ਮੈਂਬਰ ਹੈ ਜੌਨੀ ਭਰਾ, ਇਹ ਸਾਡਾ ਟੀਮ ਮੈਂਬਰ ਜਿੰਨਾ ਵੀ ਸਾਡਾ ਸਭ ਤੋਂ ਮਿਹਨਤੀ ਟੀਮ ਮੈਂਬਰ ਇਹ ਹੈ, ਕਰਾਓ ਬਾਈ ਜੀ ਮੂੰਹ ਮਿੱਠਾ ਇਹਨਾਂ ਦਾ, ਤੁਸੀਂ ਗੁੜਤੀ ਨਾ ਕਰਾਓ ਕਿ ਹੱਸਦੇ ਵੱਸਦੇ ਰਹਿਣ। ਲਓ ਜੀ ਤੁਸੀਂ ਵੀ ਮੁਬਾਰਕਬਾਦ ਦਿਓ ਜੀ ਕਿ ਜੌਨੀ ਦੀ ਜਿਹੜੀ ਜਿੱਦ ਸੀ ਅੱਜ ਵਾਲੀ ਕਿ ਭਾਈ ਸਾਹਿਬ ਅੱਜ ਮੈਂ ਵਿਆਹ ਕਰਾ ਕੇ ਘਰ ਨਹੀਂ ਗਿਆ, ਮੁੰਡਾ ਸਵੇਰ ਦਾ ਵਿਆਹ ਹੋਇਆ ਹੋਇਆ, ਦੁਪਹਿਰੇ ਵਿਹਲੇ ਹੋ ਗਏ ਇਸ ਫੰਕਸ਼ਨ ਤੋਂ, ਅਤੇ 6:30 ਵਜੇ ਦਾ ਆ ਕੇ ਵੀਰ ਆਪਣੀ ਵਾਈਫ ਨੂੰ ਲੈ ਕੇ ਇੱਥੇ ਬੈਠੇ ਨੇ, ਅਤੇ ਮੈਂ ਬੜਾ ਖੁਸ਼ ਹਾਂ ਅੱਜ ਕਿ ਬਾਈ ਨੇ ਇੱਕ ਤਰ੍ਹਾਂ ਦਾ ਇਸ ਜਗ੍ਹਾ ਨੂੰ ਇੰਨਾ ਪਵਿੱਤਰ ਸਮਝਿਆ ਕਿ ਮੈਂ ਘਰ ਬਾਅਦ 'ਚੋਂ ਜਾਊਂਗਾ, ਪਹਿਲਾਂ ਮੈਂ ਇੱਥੇ ਆਊਂਗਾ। ਅਤੇ ਜੌਨੀ ਭਰਾ ਨੂੰ ਵਿਆਹ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਡੀ ਪੂਰੀ ਟੀਮ ਵੱਲੋਂ, ਤੁਸੀਂ ਵੀ ਦੁਆਵਾਂ ਦਿਓ ਵੀਰ ਨੂੰ ਕਿ ਇਹ ਪਰਮਾਤਮਾ ਇਹਨੂੰ ਤੰਦਰੁਸਤੀ ਭਰੀ ਜ਼ਿੰਦਗੀ ਦੇਵੇ, ਔਰ ਇਹ ਸਾਡੇ ਪਰਿਵਾਰ ਦਾ ਮੈਂਬਰ ਹੈ, ਜਿਵੇਂ ਅਸੀਂ ਸਾਰੇ ਟੀਮ ਮੈਂਬਰ ਹਾਂ, ਭਰਾ ਸਾਡੇ ਲਈ ਤਾਂ ਰਿਸ਼ਤਿਆਂ ਦਾ ਚਲੋ ਨਾਮ ਹੀ ਹੈ ਨਹੀਂ, ਵੱਡੇ ਜਿਹੜੇ ਨੇ ਮੇਰੇ ਤੋਂ ਸਚਿਨ ਭਾਜੀ, ਪਾਰ ਭਾਜੀ, ਉਹ ਮੇਰੇ ਪਿਓ ਸਮਾਨ ਨੇ, ਜਿਹੜੇ ਮੇਰੀ ਉਮਰ ਦੇ ਨੇ ਮੇਰੇ ਭਰਾ ਨੇ, ਤਾਂ ਮੈਨੂੰ ਲੱਗਦਾ ਕਿ ਫੈਮਲੀ ਨੂੰ ਜਿਵੇਂ ਤੁਸੀਂ ਡਿਫਾਈਨ ਨਹੀਂ ਕਰ ਸਕਦੇ ਕਿ ਕਿੰਨਾ ਪਿਆਰ ਕਰਦੇ ਹੋ, ਵੀ ਮੇਰੇ ਟੀਮ ਮੈਂਬਰ ਨੇ, ਆਫ ਕੈਮਰਾ ਵੀ ਨੇ, ਕੈਮਰੇ 'ਤੇ ਵੀ ਨੇ, ਸਚਿਨ ਭਾਜੀ, ਮੰਥਨ, ਰਾਜਪੂਤ, ਰਾਹੁਲ ਵੀਰਾ, ਰਾਹੁਲ ਵੀਰਾ ਦਾ ਵਿਚਾਰਾ ਕੈਸਾ ਟੀਮ ਮੈਂਬਰ ਹੈ, 8 ਸਾਲ ਹੋ ਗਏ ਇਹਨੂੰ ਮੇਰੇ ਨਾਲ, ਅਤੇ 8 ਮਿੰਟ ਵੀ ਗੱਲ ਨਹੀਂ ਹੋਈ ਹੋਣੀ ਸਾਡੀ ਕਦੀ, ਇੰਨਾ ਕੁ ਘੱਟ ਬੋਲਣ ਵਾਲਾ ਸ਼ਖਸ ਔਰ ਸਭ ਤੋਂ ਜ਼ਿਆਦਾ ਮਿਹਨਤ ਕਰਨ ਵਾਲਾ। ਹੋਰ ਜੌਨੀ ਵੀਰ ਜੀ ਮੁਬਾਰਕਾਂ ਤੁਹਾਨੂੰ, ਤੁਹਾਨੂੰ ਵੀ ਭੈਣੇ, ਬਹੁਤ ਵਧੀਆ ਜੀਵਨ ਸਾਥੀ ਤੁਹਾਨੂੰ ਦੋਨਾਂ ਨੇ ਇੱਕ ਦੂਜੇ ਨੂੰ ਮਿਲਿਆ, ਅਤੇ ਪਰਮਾਤਮਾ ਤੁਹਾਨੂੰ ਬਹੁਤ ਤਰੱਕੀ ਦੇਵੇ। ਹੈਂਜੀ ਆ ਜਾਓ, ਬੈਠੋ ਬੈਠੋ, ਚੇਅਰ ਦਿਓ।